ਬੀਤੀ ਰਾਤ ਖਰੜ ਡਰਾਮੈਟਿਕ ਕਲੱਬ ਦੇ ਵੱਲੋਂ ਰਾਮਲੀਲਾ ਦੀ ਸ਼ੁਰੂਆਤ ਕੀਤੀ ਗਈ। ਰਾਮਲੀਲਾ ਦੇ ਉਦਘਾਟਨ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਕਮਲਾਂ ਦੇ ਨਾਲ ਕੀਤਾ। ਰਾਮਲੀਲਾ ਵਿੱਚ ਪੁੱਜਣ ਤੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਖਰੜ ਡਰਾਮੈਟਿਕ ਕਲੱਬ ਦੇ ਪ੍ਰਧਾਨ ਸ਼ਿਵ ਚਰਨ ਪਿੰਕੀ ਅਤੇ ਮੈਂਬਰਾਂ ਨੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਰਾਮਾਇਣ ਦਾ ਆਰੰਭ ਹੋ ਗਿਆ ਨਾਟਕ ਦਾ। ਬੜੇ ਲੰਬੇ ਸਮੇਂ ਤੋਂ ਇੱਥੇ ਰਾਮਲੀਲਾ ਡਰਾਮਾ ਦੇ ਕਲੱਬ ਵੱਲੋਂ ਇਹ ਨਾਟਕ ਦਿੱਤਾ ਜਾ ਰਿਹਾ। 2 ਕਰੋੜ ਰੁਪਇਆ ਅਸੀਂ ਆਪਣੇ ਪੋਲੀਟੈਕਨਿਕ ਕਾਲਜ ਤੇ ਇੱਥੇ ਲਾਵਾਂਗੇ ਤੇ 1 ਹਜ਼ਾਰ ਸਾਡੇ ਐਡੇ ਗਿਆ 1 ਕਰੋੜ ਰੁਪਇਆ ਉਹਦੇ 'ਤੇ ਖਰਚਾਂਗੇ। ਇਹਨਾਂ ਦੋਨਾਂ ਦੀ ਗਵਰਨਮੈਂਟ ਦਾ ਨਾਲ ਪੋਲੀਟੈਕਨਿਕ ਕਾਲਜ ਜਿਹੜਾ ਖੁੱਲੀ ਮਾਜਰਾ ਇਹਦੇ ਵਿੱਚ ਮੈਂ ਦੇਖਿਆ ਜਾ ਕੇ ਇਹਦੇ ਵਿੱਚ ਜਿਹੜਾ ਸਿਵਲ ਇੰਜੀਨੀਅਰਿੰਗ ਦਾ ਸਬਜੈਕਟ ਆ ਉਹਨੇ ਪੜ੍ਹਾਉਂਦੇ ਆ ਉਹ ਅਗਲੇ ਉਸ ਤੋਂ ਅਸੀਂ ਸ਼ੁਰੂ ਕਰ ਦਾਂਗੇ ਇੱਥੇ ਅਤੇ ਇਹਦੇ ਵਾਸਤੇ ਗੱਲ ਹੋਈ ਸੀ ਮੇਰਾ ਤਾਂ ਆਪਣਾ ਘਰ ਹੈ ਜਿੰਨਾ ਮੱਧ ਬਣਾ ਲਈਏ। ਖਰੜ ਤੋਂ ਡੇਵਿਡ ਵਰਮਾ ਦੀ ਰਿਪੋਰਟ, ਚੈਨਲ 2।